ਜਿਉਂਦੀ ਕਰਦੀ ਸੀ। ਸਵੇਰੇ 4 ਵਜੇ ਮੈਨੂੰ ਲਾਈਟਾਂ ਦਿਖਦੀਆਂ ਸੀ ਉਹਦੇ ਚ, ਤੇ ਮੈਂ ਆਇਆ ਸੀ ਇਸ ਗੁਰੂ ਦੀ ਨਗਰੀ ਦੇ ਚੱਪੇ ਚੱਪੇ ਚ ਪਰਮਾਤਮਾ ਵਸਦਾ ਹੈ, ਤੇ ਕੋਈ ਮੇਰੇ ਆਫਿਸ ਚ ਆ ਜਾਵੇ ਮੈਂ ਉਹਨੂੰ ਕਦੇ ਪਾਰਟੀ ਨਹੀਂ ਪੁੱਛੀ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੋਈ ਬੰਦਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਤੇ ਮੁਕੱਦਮਾ ਪਵਾਇਆ ਤੇ ਰਾਜਨੀਤੀ ਉਸੇ ਦਿਨ ਛੱਡ ਦੂੰਗਾ ਮੈਂ। ਹਾਂ ਭਲਾ ਬੜਿਆਂ ਦਾ ਕੀਤਾ, ਬਹੁਤ ਬੰਦਿਆਂ ਦਾ ਭਲਾ ਕੀਤਾ। ਲੋਕੀਆਂ ਦੇ ਹੈ ਇਲੈਕਸ਼ਨ 8 ਕਰੋੜ 'ਚ, ਕੋਈ ਕਹਿੰਦਾ ਇਲੈਕਸ਼ਨ 10 ਕਰੋੜ 'ਚ, ਕੋਈ ਕਹਿੰਦਾ ਜੀ ਇਲੈਕਸ਼ਨ 15 ਕਰੋੜ ਲੜਦੇ, ਕੋਈ ਕਹਿੰਦਾ ਜੀ 15 ਤੋਂ ਥੱਲੇ ਤਾਂ MP ਦਾ ਇਲੈਕਸ਼ਨ ਹੀ ਨਹੀਂ ਲੜਿਆ ਜਾਂਦਾ। ਮੈਂ ਤੁਹਾਨੂੰ ਕਹਿੰਦਾ ਮੈਂ 5 ਇਲੈਕਸ਼ਨ ਲੜਿਆ ਇਸ ਗੁਰੂ ਦੀ ਨਗਰੀ 'ਚ, 47 ਲੱਖ ਰੁਪਈਏ ਦੇ ਵਿੱਚ 5 ਇਲੈਕਸ਼ਨ ਗੁਰੂ ਦੀ ਨਗਰੀ ਦੇ ਲੋਕਾਂ ਨੇ। ਇਹ ਗੁਰੂ ਦੀ ਨਗਰੀ ਦਾ ਪਿਆਰ ਹੈ ਨਵਜੋਤ ਸਿੰਘ ਸਿੱਧੂ ਦੇ ਲਈ। ਪਹਿਲਾ ਸਵਾਗਤ 2017 ਦੇ ਵਿੱਚ ਆਇਆ ਸੀ ਤੇ ਪੂਰਾ ਅੰਮ੍ਰਿਤਸਰ ਇਕੱਠਾ ਹੋ ਗਿਆ ਸੀ, ਤੇ ਐਲਗੀ ਬਿਨਾਂ ਬੁਲਾਏ ਬਿਨਾਂ ਕਿਸੇ ਨੂੰ ਕਹੇ ਮੈਂ ਅੰਮ੍ਰਿਤਸਰ ਦੇ ਦਰਵਾਜ਼ੇ ਦੇ ਉੱਤੇ ਆਇਆ, ਤੇ 15-20 ਹਜ਼ਾਰ ਬੰਦਾ ਕਿੱਥੋਂ ਆ ਗਿਆ, ਕੀ ਹੈ, ਕੀ ਪਿਆਰ ਹੈ, ਮੁਹੱਬਤ ਹੈ। ਨਵਜੋਤ ਸਿੰਘ ਸਿੱਧੂ ਤੁਹਾਨੂੰ ਰੱਬ ਮੰਨਦਾ, ਤੇ ਮੈਨੂੰ ਤੁਹਾਡੇ ਨਾਲ ਕਿਸੇ ਨਾਲ ਕੋਈ ਪਰਿਚੇ ਦੀ ਲੋੜ ਨਹੀਂ, ਪ੍ਰੇਮ ਪਰਿਚੇ ਕੋ ਪਹਿਚਾਨ ਬਣਾ ਦੇਤਾ ਹੈ, ਵੀਰਾਨੇ ਕੋ ਗੁਲਿਸਤਾਨ ਬਣਾ ਦੇਤਾ ਹੈ, ਮੈਂ ਆਪ ਬੀਤੀ ਕਹਿਤਾ ਹੂੰ ਗੈਰੋਂ ਕੀ ਨਹੀਂ, ਪ੍ਰੇਮ ਇਨਸਾਨ ਕੋ ਭਗਵਾਨ ਬਣਾ ਦੇਤਾ ਹੈ, ਭਗਵਾਨ ਬਣਾ ਮੇਰੇ ਲਈ ਰੱਬ ਹੋ ਤੁਸੀਂ। ਤੇ ਅੱਜ ਮੈਂ ਤੁਹਾਨੂੰ ਕਹਿੰਦਾ ਕਿ ਇਸ ਕੌਂਸਟੀਚੁਐਂਸੀ ਅੰਮ੍ਰਿਤਸਰ ਈਸਟ, ਉਦੋਂ ਡਾਕਟਰ ਦਲਵੀਰ ਹੁੰਦਾ ਸੀ ਅਕਾਲੀ ਦਲ ਵੱਲੋਂ, ਉਹ ਜਦੋਂ ਜਿੱਤਿਆ ਉਦੋਂ ਪਹਿਲਾਂ 60 ਸਾਲ ਦਾ ਰਿਕਾਰਡ ਕਢਾ ਲਓ, ਦੇਖ ਲਓ ਕਿੰਨੇ ਪੈਸੇ ਲੱਗੇ, ਵੇਰਕੇ 'ਚ ਕਿੰਨੇ ਪੈਸੇ ਲੱਗੇ, ਕੀ ਪੁਲ ਬਣਿਆ, ਕੀ ਨਹੀਂ ਬਣਿਆ। ਉਸ ਤੋਂ ਬਾਅਦ 5 ਸਾਲ ਮੇਰੀ ਘਰਵਾਲੀ ਦੇ, ਅਤੇ 5 ਸਾਲ ਇਹ, ਜੇ ਉਦੋਂ 10 ਗੁਣਾ ਜ਼ਿਆਦਾ ਪੈਸੇ 10 ਸਾਲਾਂ ਦੇ ਵਿੱਚ ਨਾ ਲੱਗੇ ਹੋਣ ਤਾਂ ਮੈਨੂੰ ਨੀਵੇਂ ਥਾਵੇਂ ਪਾਏ ਚੱਕ ਲਿਆ ਮੈਂ ਕਹਿੰਦਾ ਸਿਰ 'ਤੇ। ਅਤੇ ਉਹ ਦਿਨ ਲੈ ਕੇ ਅੱਜ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਅਤੇ ਉਹਦੇ ਖਾਨਦਾਨ ਨੂੰ 6 ਇਲੈਕਸ਼ਨ ਜਿਤਾ ਤੇ 6 ਇਲੈਕਸ਼ਨ। ਮੈਂ ਕਿਹਾ ਮੈਂ ਇੰਨਾ ਹੀ ਕਿਹਾ ਸੀ ਵੀ ਮੈਨੂੰ ਮੰਗਣਾ ਨਹੀਂ ਆਉਂਦਾ, ਮੈਨੂੰ ਆਪਣਾ ਬਣਾ ਲਓ, ਸੁੱਖ ਦੁੱਖ ਦਾ ਸਾਂਝੀ ਬਣਾ ਲਓ। ਅਤੇ ਅੱਜ ਮੈਂ ਡੰਕੇ ਦੀ ਚੋਟ ਦੇ ਉੱਤੇ ਕਹਿ ਸਕਦਾ ਕਿ ਪਟਿਆਲਾ ਮੇਰੀ ਜਨਮ ਭੂਮੀ ਸੀ, ਔਰ ਜਦ ਤੱਕ ਮੇਰੀਆਂ ਰਗਾਂ 'ਚ ਲਹੂ ਹੈ, ਜਦ ਤੱਕ ਮੇਰੀਆਂ ਧਮਣੀਆਂ 'ਚ ਲਹੂ ਦੌੜਦਾ ਔਰ ਮੇਰੇ ਸਰੀਰ 'ਚ ਸਵਾਸ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਦੀ ਨਗਰੀ ਮੇਰੀ ਕਰਮ ਭੂਮੀ ਰਹੇ। ਨਵਜੋਤ ਸਿੰਘ ਸਿੱਧੂ ਮਰਦਾ ਮਰਜੂ, ਮਰਦਾ ਮਰਜੂ, ਲੇਕਿਨ ਇਸ ਗੁਰੂ ਦੀ ਨਗਰੀ ਦਾ ਵਿਸ਼ਵਾਸ ਕਦੇ ਟੁੱਟਣ ਨਹੀਂ ਦਊ। ਮੈਂ ਗੁਰੂ ਨੂੰ ਹਮੇਸ਼ਾ ਇੱਕੋ ਗੱਲ ਮੰਗੀ ਹੈ, ਤੇ ਜਦੋਂ ਆਹ ਲੰਬੇ ਬਾਦਲ ਨੇ ਰਾਜ ਨਹੀਂ ਸੇਵਾ, ਭੈਣੇ ਭੈਣੇ ਯਾਰ ਮੇਰੀ ਫਤੋ ਦੇ, ਹੈਂ ਜਦੋਂ ਇਹ ਕਹਿੰਦਾ ਸੀਗਾ ਵੀ ਜਾ ਕੁਰਕਸ਼ੇਤਰੋਂ ਇਲੈਕਸ਼ਨ ਲੜ ਲੈ, ਤੇ ਜੇਤਲੀ ਸਾਹਿਬ ਕੀ ਆਉਂਦਾ ਸੀ, IND ਮਿਨਿਸਟਰੀ ਮਿਲੇਗੀ ਬੇਟਾ। ਮੈਂ ਕਿਹਾ ਸਾਰੀ ਕਾਇਨਾਤ ਦੇ ਮਿੱਤਰਾ, ਗੁਰੂ ਦਾ ਦਰ ਨਹੀਂ ਛੱਡਦਾ ਮੈਂ, ਗੁਰੂ ਦਾ ਕੂਕਰ ਹਾਂ, ਗੁਰੂ ਦਾ ਨੌਕਰ ਹਾਂ, ਗੁਰੂ ਦਾ ਚੱਕਰ। ਇਸ ਗੁਰੂ ਦੀ ਨਗਰੀ ਦੇ ਲਈ ਮੈਨੂੰ ਸਰਵਸ ਛੱਡਣਾ ਪਵੇ, ਸਭ ਤਿਆਗਣਾ ਪਵੇ, ਤੇ ਸਭ ਠੀਕ ਹੈ ਮੇਰੇ ਉੱਤੇ, ਮੇਰੇ ਇੱਕ ਇੱਕ ਰੋਮ ਦੇ ਉੱਤੇ ਇਸ ਗੁਰੂ ਦੀ ਨਗਰੀ ਦਾ ਅਹਿਸਾਨ ਹੈ। ਤੇ ਜੇ 21 ਪੁਸ਼ਤਾਂ ਸਾਡਾ ਪਰਿਵਾਰ, ਸਰਦਾਰ ਭਗਵੰਤ ਸਿੰਘ ਸਿੱਧੂ ਦਾ ਪਰਿਵਾਰ 21 ਪੁਸ਼ਤਾਂ ਤੁਹਾਡਾ ਰਿਣ ਲਾਉਣ ਦੀ ਕੋਸ਼ਿਸ਼ ਕਰੇ, ਤੇ ਰੱਤਾ ਭਰ ਰਿਣ ਨਹੀਂ ਲੈਣਾ। ਜੇ ਬਾਬਾ ਦੀਪ ਸਿੰਘ ਦੇ ਲਈ, ਉਹਨਾਂ ਦੇ ਮਾਰਗ ਦੇ ਲਈ ਕੋਈ 30-32 ਕਰੋੜ ਰੁਪਈਆ ਦਿੱਤਾ, ਕੋਈ ਅਹਿਸਾਨ ਨਹੀਂ ਕੀਤਾ। ਮੇਰੀ ਘਰਵਾਲੀ ਦੇ ਆਖਰੀ ਸਾਹਾਂ ਦੇ ਵਿੱਚ ਜਾਨ ਪਾਈ ਸੀ ਬਾਬਾ ਦੀਪ ਸਿੰਘ ਨੇ,